ਪੰਜਾਬੀ ਵਿੱਚ ਕਹਿੰਦੇ ਨੇ ਕਿ ਟੁੱਟੀਆਂ ਬਾਹਾਂ ਗਾਲੂ ਆਉਂਦੀਆਂ ਨੇ। ਕਹਿੰਦੇ ਨੇ ਖੁਸ਼ੀ ਹਰ ਇਨਸਾਨ ਦਾ ਹੱਕ ਹੈ, ਪਰ ਜੇ ਇਨਸਾਨ ਆਪਣੇ ਆਸੇ ਪਾਸੇ ਨਜ਼ਰ ਮਾਰੇ ਤਾਂ ਖੁਸ਼ੀ ਇੱਕ ਨਾਯਾਬ ਜਿਹੀ ਸ਼ੈ ਹੈ। ਬਹੁਤੇ ਇਨਸਾਨ ਅਤੇ ਦੁੱਖਾਂ ਅਤੇ ਮੁਸੀਬਤਾਂ ਦੇ ਵੇਲਣੇ 'ਚੋਂ ਪੀੜੇ ਜਾ ਰਹੇ ਨਜ਼ਰ ਆਉਂਦੇ ਨੇ। ਇਨਸਾਨ ਦੀ ਜ਼ਿੰਦਗੀ ਦੀ ਤਕੜੀ ਵਿੱਚ ਖੁਸ਼ੀਆਂ ਅਤੇ ਹਾਸਿਆਂ ਦਾ ਪਲੜਾ ਅਕਸਰ ਹੌਲਾ ਅਤੇ ਦੁੱਖਾਂ ਮੁਸੀਬਤਾਂ ਹੌਕਿਆਂ ਅਤੇ ਹਿੰਜੂਆਂ ਦਾ ਪਲੜਾ ਭਾਰਾ ਨਜ਼ਰ ਆਉਂਦਾ ਹੈ। ਇਹ ਹਾਲ ਸਿਰਫ ਗਰੀਬਾਂ ਦਾ ਹੀ ਨਹੀਂ, ਇਸ ਵਿੱਚ ਅਮੀਰ ਕਬੀਰ ਵੀ ਸ਼ਾਮਿਲ ਨੇ। ਕਦੇ ਕਿਸੇ ਦੇ ਘਰ ਕੋਈ ਬਿਮਾਰੀ ਬੜੀ ਹੁੰਦੀ ਹੈ ਅਤੇ ਕਦੇ ਕੋਈ ਹੋਰ ਪਰੇਸ਼ਾਨੀ। ਮੇਰਾ ਵੀ ਇਹੋ ਹਾਲ ਹੈ। ਹੋ ਸਕਦਾ ਬੇਸ਼ੁਮਾਰ ਪਾਕਿਸਤਾਨੀਆਂ ਅਤੇ ਪੰਜਾਬੀਆਂ ਦੀ ਨਜ਼ਰ ਵਿੱਚ ਮੇਰੀ ਜ਼ਿੰਦਗੀ ਇੱਕ ਮਿਸਾਲੀ ਜਾਂ ਆਈਡੀਅਲ ਜ਼ਿੰਦਗੀ ਹੋਵੇ, ਪਰ ਨਾਨਕ ਦੁਖੀਆ ਸਭ ਸੰਸਾਰ ਦੇ ਮੁਤਾਬਕ ਮੇਰੀ ਜ਼ਿੰਦਗੀ ਵੀ ਖੁਸ਼ੀਆਂ ਅਤੇ ਦੁੱਖਾਂ ਨਾਲ ਸ਼ੂਗਰ ਕੋਟਡ ਹੈ। ਕੁਝ ਬੰਦੇ ਦੁੱਖਾਂ ਅਤੇ ਪਰੇਸ਼ਾਨੀਆਂ ਦੇ ਬਿਆਨੀਏ ਯਾਨੀ ਨੈਰੇਟਿਵ ਨਾਲ ਇਸ ਹੱਦ ਤੱਕ ਜੁੜੇ ਹੁੰਦੇ ਨੇ ਕਿ ਕੋਈ ਖੁਸ਼ੀ ਵੀ ਇਹਨਾਂ ਨੂੰ ਦੁੱਖਾਂ ਅਤੇ ਪਰੇਸ਼ਾਨੀਆਂ ਦੇ ਇਸ ਹਸਾਰ 'ਚੋਂ ਬਾਹਰ ਨਹੀਂ ਕੱਢ ਸਕਦੀ। ਇਹ ਹਸਾਰ ਕੁਝ ਤਾਂ ਹਕੀਕਤ ਵਿੱਚ ਦੁੱਖਾਂ ਅਤੇ ਪਰੇਸ਼ਾਨੀਆਂ ਦਾ ਹਸਾਰ ਹੁੰਦਾ ਹੈ, ਪਰ ਕਈ ਵਾਰ ਬੰਦੇ ਨੇ ਇਹ ਹਸਾਰ ਖੁਦ ਆਪਣੇ ਗਿਰਦ ਖੜਾ ਕੀਤਾ ਹੁੰਦਾ। ਮੈਂ ਇਸ ਹਸਾਰ ਤੋਂ ਰਿਹਾਈ ਲਈ ਇਹ ਗੁਰ ਸਿੱਖਿਆ ਹੈ ਕਿ ਬੰਦੇ ਨੂੰ ਹਰ ਵੇਲੇ ਵੱਡੀ ਖੁਸ਼ੀ ਦੀ ਤਾਂਘ ਦਾ ਕੈਦੀ ਨਹੀਂ ਹੋਣਾ ਚਾਹੀਦਾ, ਸਗੋਂ ਨਿੱਕੀਆਂ ਨਿੱਕੀਆਂ ਖੁਸ਼ੀਆਂ ਨੂੰ ਵੀ ਜੀ ਆਇਆਂ ਆਖਣਾ ਚਾਹੀਦਾ। ਇਹ ਗੱਲ ਇੰਝ ਹੈ ਜਿਵੇਂ ਕੈਦ ਦੇ ਮਾਰੇ ਇੱਕ ਬੰਦੇ ਨੂੰ ਕੋਈ ਆ ਕੇ ਅੱਧੀ ਰੋਟੀ ਦੇਵੇ ਅਤੇ ਇਹ ਬੰਦਾ ਇਹ ਰੋਟੀ ਲੈਣ ਤੋਂ ਨਾ ਕਰ ਦੇਵੇ ਅਤੇ ਇੱਕ ਭਰੇ ਦਸਤਰਖਾਨ ਦੀ ਮੰਗ ਕਰੇ। ਇਹ ਅੱਧੀ ਰੋਟੀ ਵੀ ਇਹਦੀ ਜ਼ਰੂਰਤ ਹੈ। ਇਸੇ ਤਰ੍ਹਾਂ ਇਨਸਾਨਾਂ ਲਈ ਨਿੱਕੀਆਂ ਨਿੱਕੀਆਂ ਖੁਸ਼ੀਆਂ ਵੀ ਖੁਸ਼ੀਆਂ ਨੇ। ਹਰ ਖੁਸ਼ੀ ਆਪਣੀ ਥਾਂ 'ਤੇ ਇੱਕ ਨਿਮਤ ਹੈ। ਇਸੇ ਤਰ੍ਹਾਂ ਦੀ ਇੱਕ ਖੁਸ਼ੀ ਨਾਲ ਮੇਰਾ ਵਾਹ ਕੁਝ ਦਿਨ ਪਹਿਲੇ ਪਿਆ। ਅਮਾਰ ਹੈਦਰ ਮੇਰਾ ਰਿਸ਼ਤੇਦਾਰ ਵੀ ਹੈ ਅਤੇ ਮੇਰੇ ਪਿੰਡ ਵਿੱਚ ਮੇਰਾ ਗਵਾਂਢੀ ਵੀ, ਇਹ ਪੜ੍ਹਿਆ ਲਿਖਿਆ ਨੌਜਵਾਨ ਹੈ। ਮੇਰੇ ਖਿਆਲ ਵਿੱਚ ਇਹਨੇ ਐੱਮਏ ਵੀ ਕੀਤਾ ਹੈ। ਇਹਦਾ ਆਪਣਾ ਕਾਰੋਬਾਰ ਹੈ, ਪਿੰਡ ਵਿੱਚ ਮੋਬਾਈਲ ਫੋਨ ਵੇਚਦਾ ਹੈ ਅਤੇ ਖਰਾਬ ਫੋਨਾਂ ਦੀ ਮੁਰੰਮਤ ਵੀ ਕਰਦਾ ਹੈ। ਇਸ ਤੋਂ ਵੱਖ ਇਹ ਕੰਪਿਊਟਰ ਦਾ ਵੀ ਮਾਹਿਰ ਹੈ ਅਤੇ ਸਵੀਡਨ ਵਿੱਚ ਮੇਰਾ ਇਹਦੇ ਨਾਲ ਫੇਸਬੁੱਕ ਰਾਹੀਂ ਰਬਤ ਹੈ। ਕਦੇ ਕਦੇ ਗੱਲਬਾਤ ਵੀ ਹੋ ਜਾਂਦੀ ਹੈ। ਇਹ ਮੇਰੇ ਨਾਲ ਫੇਸਬੁੱਕ ਦੇ ਪੈਗਾਮ ਰਾਹੀਂ ਜਾਂ ਮੈਸੇਜ ਰਾਹੀਂ ਗੱਲਬਾਤ ਹਮੇਸ਼ਾ ਅੰਗਰੇਜ਼ੀ ਜਾਂ ਉਰਦੂ ਵਿੱਚ ਕਰਦਾ ਹੁੰਦਾ ਸੀ। ਪਿਛਲੇ ਦਿਨੀ ਮੈਨੂੰ ਫੇਸਬੁੱਕ 'ਤੇ ਇਹਦਾ ਇੱਕ ਪੈਗਾਮ ਪੰਜਾਬੀ ਵਿੱਚ ਮਿਲਿਆ। ਇਹ ਪੰਜਾਬੀ ਖਾਲਸ ਜੇਲਵੀਂ ਪੰਜਾਬੀ ਸੀ। ਮੇਰਾ ਪਿੰਡ ਅਤੇ ਸਾਹੀਵਾਲ ਜ਼ਿਲ੍ਹੇ ਵਿੱਚ ਹੈ, ਪਰ ਇਹ ਜ਼ਿਲ੍ਹੇ ਵਿੱਚ ਕਈ ਲਹਿਜਿਆਂ ਦੀ ਪੰਜਾਬੀ ਬੋਲੀ ਜਾਂਦੀ। ਇੱਥੋਂ ਦੀ ਅਸਲ ਪੰਜਾਬੀ ਤਾਂ ਜਾਮੜੀ ਹੈ, ਪਰ ਬਹੁਤ ਸਾਰੇ ਪਿੰਡਾਂ ਵਿੱਚ ਕਈ ਤਰ੍ਹਾਂ ਦੀ ਪੰਜਾਬੀ ਬੋਲੀ ਜਾਂਦੀ ਹੈ। ਉਹਦੀ ਵਜ੍ਹਾ ਆਬਾਦ ਕਾਰਨ ਹੈ। ਸਾਹੀਵਾਲ 12 ਦਾ ਜ਼ਿਲ੍ਹਾ ਸਮਝਿਆ ਜਾਂਦਾ ਹੈ। ਇੱਕ ਜ਼ਮਾਨੇ ਵਿੱਚ ਇਹਨਾਂ 12 ਦਾ ਬਹੁਤਾ ਰਕਬਾ ਬੇ
ਨਿੱਕਿਆ ਬਾਗ ਅਤੇ ਜੰਗਲ ਹੁੰਦਾ ਸੀ। ਕੋਈ 100 ਜਾਂ 150 ਸਾਲ ਪਹਿਲਾਂ ਅੰਗਰੇਜ਼ਾਂ ਇਸ ਨੂੰ ਆਬਾਦ ਕਰਨ ਦਾ ਫੈਸਲਾ ਕੀਤਾ। ਇਸ ਦੀ ਵੱਡੀ ਵਜ੍ਹਾ ਇੱਥੇ ਰਹਿੰਦੇ ਜਾਂਵਲੀ ਸਨ, ਜੋ ਅੰਗਰੇਜ਼ਾਂ ਦੇ ਬਾਗੀ ਸਨ। ਇਹਨਾਂ ਨੂੰ ਨੱਥ ਪਾਉਣ ਲਈ ਅੰਗਰੇਜ਼ਾਂ ਇੱਥੇ ਨਹਿਰਾਂ ਦਾ ਜਾਲ ਵਿਛਾ ਕੇ ਨਵੇਂ ਪਿੰਡਾਂ ਅਤੇ ਕਸਬਿਆਂ ਦੀ ਬੁਨਿਆਦ ਰੱਖੀ। ਦੂਜੀ ਵਜ੍ਹਾ, ਸਾਹੀਵਾਲ ਦੀ ਜ਼ਮੀਨ ਸੀ, ਜੇ ਇਹ ਆਬਾਦ ਹੁੰਦੀ ਤਾਂ ਅੰਗਰੇਜ਼ ਨੂੰ ਬੇਅੰਤ ਮਾਲੀ ਫਾਇਦਾ ਹੋਣਾ ਸੀ। ਇਹਨਾਂ ਨਵੇਂ ਪਿੰਡਾਂ ਵਿੱਚ ਜੋ ਲੋਕ ਆ ਕੇ ਆਬਾਦ ਹੋਏ, ਇਹ ਜਾਂਗਲੀ ਨਹੀਂ ਸਨ, ਸਗੋਂ ਉਹਨਾਂ ਇਲਾਕਿਆਂ ਦੇ ਰਹਿਣ ਵਾਲੇ ਸਨ ਜੋ ਅੰਗਰੇਜ਼ ਦੇ ਵਫ਼ਾਦਾਰ ਅਤੇ ਮੁਕੰਮਲ ਤਾਬੇਦਾਰ ਹੋ ਚੁੱਕੇ ਸਨ। ਅਕਸਰ ਇੰਝ ਹੋਇਆ ਕਿ ਪੂਰੇ ਪਿੰਡ ਦਾ ਪਿੰਡ ਕਿਸੇ ਖਾਸ ਜ਼ਿਲ੍ਹੇ ਜਾਂ ਇਲਾਕੇ ਦੇ ਲੋਕਾਂ ਨੂੰ ਅਲਾਟ ਕਰ ਦਿੱਤਾ ਗਿਆ ਅਤੇ ਸਾਹੀਵਾਲ ਵਿੱਚ ਇਹਨਾਂ ਨਵੇਂ ਆਬਾਦ ਕੀਤੇ ਪਿੰਡਾਂ ਦੇ ਨਾਂ ਅਤੇ ਭਾਵੇਂ ਚੱਕ ਨੰਬਰ ਫਲਾਂ ਫਲਾਂ ਹੁੰਦਾ ਸੀ, ਪਰ ਹਰ ਪਿੰਡ ਦੇ ਨਾਲ ਇੱਥੋਂ ਦੇ ਵਸਨੀਕਾਂ ਦੇ ਆਬਾਈ ਇਲਾਕੇ ਦਾ ਨਾਂ ਜ਼ਰੂਰ ਲੱਗਦਾ ਸੀ। ਜਿਵੇਂ ਇੱਕ ਚੱਕ ਨਵਾਜ਼ੀਪੁਰੀਆਂ ਦਾ, 5 ਚੱਕ ਪਿੰਡੀ ਦੇ ਰਾਜਿਆਂ ਦਾ, 7 ਚੱਕ ਲਾਹੌਰੀਆਂ ਦਾ, 3 ਚੱਕ ਦਿਆਲਾਂ ਦਾ ਅਤੇ 90 ਚੱਕ ਈਸਾਈਆਂ ਦਾ, ਵਗੈਰਾ ਵਗੈਰਾ। ਇਹਨਾਂ ਪਿੰਡਾਂ ਵਿੱਚ ਅੱਜ ਤੱਕ ਇਹਨਾਂ ਦੇ ਵਸਨੀਕਾਂ ਦੀ ਆਬਾਈ ਪੰਜਾਬੀ ਬੋਲੀ ਜਾਂਦੀ। ਕਈ ਪਿੰਡਾਂ ਵਿੱਚ ਇੰਝ ਵੀ ਹੋਇਆ ਕਿ 1947 ਦੀ ਵੰਡ ਮਗਰੋਂ ਇਹਨਾਂ ਪਿੰਡਾਂ ਦੇ ਆਬਾਦਕਾਰਾਂ ਵਿੱਚੋਂ ਹਿੰਦੂ ਅਤੇ ਸਿੱਖ ਤੁਰ ਗਏ ਅਤੇ ਇਹਨਾਂ ਦੀ ਥਾਂ ਲੈਣ ਲਈ ਹਿੰਦੁਸਤਾਨ 'ਚੋਂ ਮਹਾਜਰ ਆ ਗਏ। ਇਹਨਾਂ ਵੀ ਇੱਥੇ ਆ ਕੇ ਆਪਣੀ ਬੋਲੀ ਨਾ ਬਦਲੀ ਅਤੇ ਆਪਣੀ ਆਬਾਈ ਬੋਲੀ ਹੀ ਬੋਲਦੇ ਰਹੇ। ਸਾਹੀਵਾਲ ਵਿੱਚ ਐਸੇ ਅਣਗਿਣਤ ਪਿੰਡ ਨੇ ਜਿੱਥੇ ਪੰਜਾਬੀ ਦੇ ਕਈ ਕਈ ਲਹਿਜੇ ਬੋਲੇ ਜਾਂਦੇ ਨੇ। ਅਜਿਹੇ ਪਿੰਡਾਂ ਵਿੱਚੋਂ ਇੱਕ ਪਿੰਡ ਮੇਰਾ ਵੀ ਹੈ। ਇੱਥੇ ਜ਼ਿਲ੍ਹੇ ਦੇ ਸੱਯਦ ਆ ਕੇ ਆਬਾਦ ਹੋਏ ਅਤੇ ਇਸ ਦਾ ਨਾਂ 2 ਚੱਕ ਸੱਯਦਾਂ ਪੈ ਗਿਆ। ਬਾਅਦ ਵਿੱਚ ਇੱਥੇ ਹਿੰਦੁਸਤਾਨ ਦੇ ਬਹਾਦਰ ਅਤੇ ਗੰਜੀਬਾਰ ਅਤੇ ਜਾਂਗਲੀ ਵੀ ਆ ਕੇ ਵੱਸ ਗਏ, ਪਰ ਇੱਥੋਂ ਦੀ ਬੋਲੀ ਜ਼ਿਲ੍ਹਵੀਂ ਰਹੀ ਅਤੇ ਅੱਜ ਵੀ ਇਹੋ ਹੀ ਬੋਲੀ ਬੋਲੀ ਜਾਂਦੀ ਹੈ। ਭਾਵੇਂ ਮੇਰੀ ਲਿਖਾਈ ਦੀ ਪੰਜਾਬੀ ਬਦਲ ਗਈ ਹੈ, ਪਰ ਜਦ ਵੀ ਮੈਂ ਆਪਣੇ ਖਾਨਦਾਨ ਦੇ ਲੋਕਾਂ ਜਾਂ ਪਿੰਡ ਦੇ ਲੋਕਾਂ ਨਾਲ ਗੱਲ ਕਰਦਾ ਹਾਂ ਤਾਂ ਮੇਰੇ ਮੂੰਹ 'ਚੋਂ ਖੁਦ ਬਖੁਦ ਜ਼ਿਲ੍ਹਵੀਂ ਨਿਕਲ ਆਉਂਦੀ ਹੈ। ਇਸ ਤੋਂ ਵੱਖ ਪੂਰੀ ਦੁਨੀਆ ਦੇ ਕਿਸੇ ਹਿੱਸੇ ਵਿੱਚ ਜਦ ਕਦੇ ਵੀ ਕੋਈ ਬੰਦਾ ਮੇਰੇ ਪਿੰਡ ਵਾਲੀ ਜ਼ਿਲ੍ਹਵੀਂ ਬੋਲਦਾ ਹੈ ਤਾਂ ਇਹ ਬੰਦਾ ਇੱਕ ਮਕਨਾਤੀ ਇਸ ਤਰ੍ਹਾਂ ਮੈਨੂੰ ਆਪਣੇ ਵੱਲ ਖਿੱਚ ਲੈਂਦਾ ਹੈ। ਮੈਨੂੰ ਯਾਦ ਹੈ ਮੈਂ ਜਿਤਨੀ ਵਾਰ ਵੀ ਹਿੰਦੁਸਤਾਨ ਗਿਆ ਅਤੇ ਜੇ ਕਿਧਰੇ ਮੇਰੇ ਕੰਨ ਵਿੱਚ ਜ਼ਿਲ੍ਹਵੀਂ ਦੇ ਲਫ਼ਜ਼ ਪਏ ਤਾਂ ਮੈਂ ਇਸ ਬੰਦੇ ਨੂੰ ਫੜ ਕੇ ਬਹਿ ਗਿਆ ਅਤੇ ਇਸ ਨੂੰ ਛੱਡਣ ਨੂੰ ਦਿਲ ਨਾ ਕੀਤਾ। ਅਮਾਰ ਦੇ ਫੇਸਬੁੱਕ 'ਤੇ ਜ਼ਿਲ੍ਹਵੀਂ ਦੇ ਪੈਗਾਮ ਨੇ ਮੇਰੇ ਅੰਦਰ ਵਿਰਾਗ ਦਾ ਇੱਕ ਤੂਫਾਨ ਖੜ੍ਹਾ ਕਰ ਦਿੱਤਾ। ਮੈਂ ਉਹਨੂੰ ਫੋਨ ਕੀਤਾ ਅਤੇ ਕਹਿਣ ਲੱਗਾ ਤੁਹਾਡੇ ਰਾਹੀਂ ਮੈਨੂੰ ਆਜ਼ਾਦੀ ਦਾ ਅਜਬ ਤਜਰਬਾ ਹੋਇਆ। ਬਚਪਨ ਤੋਂ ਲੈ ਕੇ ਹੁਣ ਤੱਕ ਹਰ ਸਕੂਲ ਅਤੇ ਕਾਲਜ ਵਿੱਚ ਉਰਦੂ ਨੂੰ ਮੇਰੇ ਦਿਮਾਗ ਵਿੱਚ ਕੌਮੀ ਅਤੇ ਪੜ੍ਹੇ ਲਿਖੇ ਬੰਦੇ ਦੀ ਜ਼ਬਾਨ ਦੇ ਦੌਰ 'ਤੇ ਤੁੰਨਿਆ ਗਿਆ। ਇਸ ਤੋਂ ਵੱਖ ਹਰ ਪਾਸੇ ਉਰਦੂ ਹੀ ਉਰਦੂ ਹੈ, ਅਖਬਾਰ, ਰਸਾਲੇ, ਕਿਤਾਬਾਂ, ਖਾਸ ਤੌਰ 'ਤੇ ਮਜ਼ਹਬੀ ਜਾਂ ਧਾਰਮਿਕ ਕਿਤਾਬਾਂ, ਰੇਡੀਓ, ਟੀਵੀ ਸਭ ਉਰਦੂ ਵਿੱਚ। ਪਿੰਡ ਵਿੱਚ ਤਾਂ ਪੰਜਾਬੀ ਠੀਕ ਸੀ, ਪਰ ਸਰਕਾਰੀ ਦਰਬਾਰੇ
ਪੰਜਾਬੀ ਬੋਲਦਿਆਂ ਖੌਫ ਹੁੰਦਾ ਸੀ ਮਤਾਂ ਅਫਸਰ ਨਾਰਾਜ਼ ਹੀ ਨਾ ਹੋ ਜਾਵੇ। ਇਸ ਤੋਂ ਵੱਖ ਸ਼ਹਿਰ ਵਿੱਚ ਜਾ ਕੇ ਖੁਦ ਬ ਖੁਦ ਪੰਜਾਬੀ ਬੋਲਣ ਲਈ ਜ਼ਬਾਨ ਨੂੰ ਜੰਦਾ ਲੱਗ ਜਾਂਦਾ ਸੀ ਅਤੇ ਪੰਜਾਬੀ ਬੋਲਦਿਆਂ ਇੰਝ ਲੱਗਦਾ ਸੀ ਜਿਵੇਂ ਉਰਦੂ ਬੋਲਦਾ ਬੰਦਾ ਕੋਈ ਬਰਤਰ ਹੈ ਅਤੇ ਮੈਂ ਉਹਦੇ ਤੋਂ ਘੱਟ ਜਾਂ ਕਮਤਰ। ਅਮਾਰ ਸਾਹ ਲੈਣ ਲਈ ਕੁਝ ਪਲ ਲਈ ਰੁਕਿਆ ਅਤੇ ਫਿਰ ਬੋਲਿਆ, ਪੰਜਾਬੀ ਵਾਲਾ ਆ ਕੇ ਮੈਨੂੰ ਇੰਝ ਲੱਗਦਾ ਹੈ ਜਿਵੇਂ ਮੈਨੂੰ ਇੱਕ ਬਹੁਤ ਵੱਡੇ ਅਜ਼ਾਬ ਜਾਂ ਕਸ਼ ਤੋਂ ਨਿਜਾਤ ਮਿਲ ਗਈ ਹੋਵੇ, ਮੈਨੂੰ ਲੱਗੇ ਇੱਕ ਕੈਂਸਰ ਤੋਂ ਸ਼ਫਾ ਮਿਲ ਗਈ ਹੋਵੇ, ਜਿਵੇਂ ਡਾਕਾ ਮਾਰ ਕੇ ਮੇਰੇ ਕੋਲੋਂ ਖੋਇਆ ਮੇਰਾ ਕੁਝ ਬਹੁਤ ਹੀ ਕੀਮਤੀ ਅਸਾਸਾ ਮੈਨੂੰ ਦੁਬਾਰਾ ਵਾਪਸ ਮਿਲ ਗਿਆ ਵੇ। ਇਸ ਨਿਜਾਤ ਵਿੱਚ ਤੁਹਾਡਾ ਵੀ ਹਿੱਸਾ ਹੈ। ਮੈਂ ਤੁਹਾਨੂੰ ਫੇਸਬੁੱਕ 'ਤੇ ਪੜ੍ਹਦਾ ਸਾਂ, ਤੁਸੀਂ ਹਮੇਸ਼ਾ ਪੰਜਾਬੀ ਵਿੱਚ ਲਿਖਦੇ ਸੋ। ਮੈਂ ਸੋਚਦਾ ਰਿਹਾ ਕਿ ਇਹ ਬੰਦਾ ਇਤਨਾ ਪੜ੍ਹਿਆ ਲਿਖਿਆ ਹੈ, ਯੂਰਪ ਵਿੱਚ ਰਹਿੰਦਾ ਹੈ, ਇਹ ਪੰਜਾਬੀ ਵਿੱਚ ਕਿਉਂ ਲਿਖਦਾ ਹੈ ਅਤੇ ਹਰ ਵੇਲੇ ਪੰਜਾਬੀ ਬਾਰੇ ਕਿਉਂ ਗੱਲ ਕਰਦਾ ਰਹਿੰਦਾ ਹੈ। ਇਸ ਗੱਲ ਨੇ ਮੈਨੂੰ ਉਭਾਰਿਆ ਕਿ ਮੈਂ ਵੀ ਪੰਜਾਬੀ ਲਿਖਾਂ। ਮਾਰ ਦੀਆਂ ਇਹ ਗੱਲਾਂ ਮੈਨੂੰ ਖੁਸ਼ੀ ਤਾਂ ਦੇਣੀ ਹੀ ਸੀ, ਪਰ ਨਾਲ ਹੀ ਇਸ ਗੱਲ ਦਾ ਵੀ ਅਹਿਸਾਸ ਹੋਇਆ ਕਿ ਅਮਾਰ ਜਿਵੇਂ ਇੱਕ ਵਿਛੜੀ ਗੂੰਜ ਸੀ ਜੋ ਡਾਰ ਵਿੱਚ ਫਿਰ ਆ ਮਿਲੀ, ਕੋਈ ਟੁੱਟੀਆਂ ਬਾਹਾਂ ਗੱਲ ਨੂੰ ਆ ਲੱਗੀਆਂ, ਜਿਵੇਂ ਕੋਈ ਕਾਲੇ ਪਾਣੀ ਦੀ ਸਜ਼ਾ ਕੱਟ ਕੇ ਆਇਆ ਹੋਵੇ ਜਾਂ ਪ੍ਰਦੇਸ਼ ਵਿੱਚ ਮੁੱਦਤਾਂ ਰਹਿਣ ਮਗਰੋਂ ਘਰ ਮੁੜਿਆ ਹੋਵੇ। ਇਹੋ ਜਿਹੇ ਲੋਕਾਂ ਨੂੰ ਜੀ ਆਇਆਂ ਕਹਿਣਾ ਅਤੇ ਗੱਲ ਲਾਉਣਾ ਅਸਾਂ ਪੰਜਾਬੀਆਂ ਦਾ ਫਰਜ਼ ਹੈ। ਮੈਂ ਉਮੀਦ ਕਰਦਾ ਹਾਂ ਕਿ ਅਮਾਰ ਵਰਗੇ ਹੋਰ ਬਹੁਤ ਸਾਰੇ ਪੰਜਾਬੀ ਨੌਜਵਾਨ ਉਰਦੂ ਦਾ ਬੰਦੀਖਾਨਾ ਤੋੜ ਕੇ ਬਾਹਰ ਨਿਕਲਣਗੇ। ਇਹ ਅਸਾਂ ਪੰਜਾਬੀਆਂ ਦਾ ਅਸਾਸਾ ਨੇ, ਇਹਨਾਂ ਨੂੰ ਜੀ ਆਇਆਂ ਖੜਾ ਅਤੇ ਪੰਜਾਬੀ ਜ਼ਬਾਨ ਦੇ ਕਾਫਲੇ ਵਿੱਚ ਸ਼ਾਮਿਲ ਕਰਕੇ ਇਹਨਾਂ ਨੂੰ ਨਾਲ ਤੁਰਨਾ ਸਾਡੇ ਲਈ ਇੰਝੀ ਹੈ, ਇੰਝੀ ਅਹਿਮ ਹੈ ਜਿਵੇਂ ਪੂਜਾ ਅਤੇ ਇਬਾਦਤ ਹੋਵੇ। ਇਹ ਸੁਨੇਹਾ ਸਿਰਫ ਪਾਕਿਸਤਾਨੀ ਪੰਜਾਬੀਆਂ ਲਈ ਨਹੀਂ, ਸਗੋਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਜਿੱਥੇ ਜਿੱਥੇ ਕੋਈ ਪੰਜਾਬੀ ਵਸਦਾ, ਭਾਵੇਂ ਇਹ ਪੂਰਬੀ ਪੰਜਾਬ ਹੈ ਜਾਂ ਕੋਈ ਹੋਰ ਦੇਸ਼ ਹੈ, ਇਹ ਸੁਨੇਹਾ ਉਹਦੇ ਲਈ ਵੀ ਹੈ। ਜਦ ਵੀ ਕੋਈ ਓਪਰੀਆਂ ਜ਼ਬਾਨਾਂ ਦਾ ਮਾਰਿਆ ਪੰਜਾਬੀ ਇਹਨਾਂ ਜ਼ਬਾਨਾਂ ਦੇ ਵਿਵਹਾਰ ਕੈਂਪ ਜਾਂ ਕੰਸਨਟ੍ਰੇਸ਼ਨ ਕੈਂਪ ਵਿੱਚੋਂ ਛੁੱਟ ਕੇ ਪੰਜਾਬੀ ਵੱਲ ਆਉਂਦਾ ਹੈ ਅਤੇ ਇਸ ਨੂੰ ਗੜ ਲਾਉਣਾ ਹਰ ਪੰਜਾਬੀ ਲਈ ਪੂਜਾ ਅਤੇ ਇਬਾਦਤ ਵਾਂਗੂ ਹੈ।